ਕਦੇ ਹਾਂ ਬਰਾਬਰ ਹੈ ਹੁਣ ਆਪਾਂ ਇਹਦੇ ਉੱਤੇ ਹੁਣੀ ਮੈਂ ਪੀਚ ਸ਼ੇਡ ਲਾਇਆ ਇਹਦੇ ਉੱਤੇ ਹੁਣ ਆਪਾਂ ਗਲਿਟਰ ਵਾਲਾ ਲਾਵਾਂਗੇ ਇੱਕ ਕਿਉਂ ਗਲਿਟਰ ਦੀ ਆਪਾਂ ਅੱਜ ਤੱਕ ਸੀ ਫਿਰ ਤਾਂ ਨਹੀਂ ਹਾਂ ਇਹ ਮਸਤ ਹੈ ਗਲਿਟਰੀ ਗਲਿਟਰੀ ਜਾ ਤੇ ਆਪਾਂ ਲਾਉਣਾ ਸਟਾਰਟ ਕਰੀਏ ਵਾਰੇ ਮਸਤ ਹੈ ਦੇ ਬਈ ਪੂਰੀ ਅੱਖ ਤੇ ਲਾ ਲਾਂਗੇ ਪਰ ਮੈਨੂੰ ਤਾਂ ਮਸਤ ਲੱਗ ਰਿਹਾ ਹੈ ਇਨਰ ਆਊਟਰ ਕੋਰਨਰ ਸਭ ਤੇ ਲਾਵਾਂਗੇ ਵਾਹ 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 ਮਸਤ ਹੈ ਮਸਤ ਹੈ ਮਜ਼ਾ ਆ ਰਿਹਾ ਬਈ ਲੀਪਾ ਪੋਤੀ ਕਰਨ ਉਹ ਵਾਹ ਮੰਮੀ ਸ਼ੀਸ਼ਾ ਲਿਆਈਏ ਮੇਰੀ ਸੱਚਾਈ ਦਿਖਾਉਣ ਵਾਸਤੇ ਚੱਲ ਜੋ ਵੀ ਕਰ ਰਹੀ ਹੈ ਹੁਣ ਤਾਂ ਕਰਕੇ ਹਟਾਂਗੇ ਸ਼ੀਸ਼ੇ ਚ ਵੀ ਦੇਖ ਲੈ ਇੱਕ ਵਾਰੀ ਸਹੀ ਲੱਗ ਰਿਹਾ ਸ਼ੀਸ਼ੇ ਚ ਵੀ ਮੈਨੂੰ ਤੇ ਹੁਣ ਸਾਡਾ ਆਈ ਮੇਕਅਪ ਹੋ ਗਿਆ ਡਨ ਤੇ ਉਸ ਤੋਂ ਬਾਅਦ ਹੁਣ ਅਸੀਂ ਲਾਵਾਂਗੇ ਬਲਸ਼ ਇਹ ਸਾਰੇ ਸ਼ੇਡ ਇੱਥੇ ਤੱਕ ਬਲਸ਼ ਦੇ ਨੇ ਅਰੇ ਨਹੀਂ ਇਹ ਮੈਂ ਇੱਕ ਆਈਬ੍ਰੋ ਆਈਬ੍ਰੋ ਫਿਲਰ ਤੇ ਇਹ ਵੀ ਮੈਂ ਇੱਕ ਥੋੜ੍ਹੀ ਜਿਹੀ ਇਹਦੀ ਵੀ ਉਹ ਕੀਤੀ ਹੈ ਪੈਕਿੰਗ ਜਿਹੀ ਕੀਤੀ ਹੈ ਤੇ ਆਪਾਂ ਆਪਣੀ ਉਂਗਲੀ ਨਾਲ ਹੀ ਆਈਬ੍ਰੋ ਫਿਲ ਕਰਾਂਗੇ ਐਸਾ ਕੋਈ ਜਿਹੜਾ ਆਪਣੀ ਆਈਬ੍ਰੋ ਫਿਲ ਕਰਦਾ ਹੋਏ ਉਂਗਲੀ ਨਾਲ ਹੀ ਸ਼ੀਸ਼ੇ ਨਾਲ ਹੀ ਆਈਬ੍ਰੋ ਬਣਾ ਲਾਂਗੇ ਅਸੀਂ ਇਹ ਮੈਨੂੰ ਸ਼ੀਸ਼ੇ 'ਚ ਦੇਖ ਕੇ ਕਰਨਾ ਪੈਣਾ ਸ਼ੀਸ਼ੇ ਮੈਂ ਦੇਖ ਕੇ ਕਰਨਾ ਪੜੇਗਾ ਥੋੜ੍ਹਾ ਜਿਹਾ ਕਰ ਦਿੰਦੇ ਹਾਂ ਕੁਛ ਤਾਂ ਕਰਾਂਗੇ ਅਰੇ ਮੇਕਅਪ ਚੈਲੇਂਜ ਸੀ ਕਿ ਇੱਕ ਹੀ ਮੇਕਅਪ ਜਿਹੜੇ ਹੈ ਪੈਲਟ ਦਿੱਤੀ ਹੋਈ ਕਲਰ ਬੁੱਕ ਦਿੱਤੀ ਹੋਈ ਹੈ ਇਹਦੇ 'ਚ ਮੇਕਅਪ ਕਰਨਾ ਹੈ ਪਰ ਸਾਡੇ ਵਾਸਤੇ ਮੇਕਅਪ ਚੈਲੇਂਜ ਇਹ ਵੀ ਬਣ ਗਿਆ ਕਿ ਆਪਾਂ ਬਿਨਾਂ ਬ੍ਰਸ਼ਿਸ ਤੋਂ ਕਰ ਰਹੇ ਹਾਂ ਮੇਕਅਪ ਚੈਲੇਂਜ ਅਤੇ ਆਈਬ੍ਰੋ ਮੇਰੇ ਪਤਾ ਨਹੀਂ ਕੈਸੇ ਲੱਗ ਰਹੇ ਨੇ ਅਤੇ ਕਰ ਲਿਆ ਆਪਾਂ ਸਭ ਕੁਛ ਯੂਜ਼ ਅਤੇ ਉਹ ਰਹਿ ਗਈ ਹੈ ਆਈ ਸ਼ੈਡੋ ਅਤੇ ਅਸੀਂ ਉਹ ਲਾਵਾਂਗੇ ਆਈ ਸ਼ੈ ਨਾ ਆਏ ਹਾਏ ਆਈ ਸ਼ੈਡੋ ਕਹਿੰਦੀ ਪਈ ਅੱਧਾ ਮੇਕਅਪ ਤਾਂ ਮੇਰੇ ਇਹਦੇ ਨਾਲ ਹੀ ਆ ਗਿਆ ਹੋਣਾ ਹੈ ਬਲੱਸ਼ 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 ਲਾਵਾਂਗੇ ਅਤੇ ਇਹਦੇ ਵਾਸਤੇ ਸਭ ਤੋਂ ਪਹਿਲਾਂ ਹੁੰਦਾ ਹੈ ਸਮਾਈਲ ਹੱਸੋ ਤੁਹਾਡੇ ਜਿਹੜੇ ਤੁਹਾਡੇ ਗੱਲਾਂ ਬਾਹਰ ਆਉਣਗੀਆਂ ਨਾ ਉਹਦੇ 'ਚ ਫਿਰ ਤੁਸੀਂ ਬਲੱਸ਼ ਲਾਉਣਾ ਡੋਟ 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 ਲਾ ਕੇ ਥੋੜ੍ਹਾ ਜਿਹਾ ਬਲੈਂਡ ਕਰ ਲਓ ਲੱਗ ਰਿਹਾ ਨੈਚੁਰਲ ਬਲੱਸ਼ ਇਹਦੇ 'ਚ ਵੀ ਇੰਨਾ ਫਿੰਗਰ ਲਿਆ ਪ੍ਰੋਡਕਟ ਹੱਸਿਆ ਡੋਟ 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 ਲਾ ਕੇ ਬਲੈਂਡ ਕਰ ਲਿਆ ਅਰੇ ਇੱਕ ਪਾਸੇ ਜ਼ਿਆਦਾ ਲੱਗ ਜੇ ਫਿਰ ਜਾਂ ਤਾਂ ਦੂਸਰੇ ਪਾਸੇ ਵੀ ਲਾਓ ਜਾਂ ਫਿਰ ਉਹਦੇ ਵੱਲ ਘੱਟ ਕਰ ਦਿਉ ਜਿੱਦਾਂ ਜ਼ਿਆਦਾ ਲੱਗਿਆ ਫਿਰ ਮੈਨੂੰ ਸਹੀ ਲੱਗ ਰਿਹਾ ਕਿ ਦੋਨਾਂ ਪਾਸੇ ਸਹੀ ਲੱਗ ਰਿਹਾ ਥੋੜ੍ਹਾ ਜਿਹਾ ਆਪਾਂ ਨੋਜ਼ 'ਤੇ ਵੀ ਲਾ ਲਾਂਗੇ ਨੈਚੁਰਲ ਬਲੱਸ਼ ਦਿਖਾਉਣ ਵਾਸਤੇ ਜੋਕਰ ਨਾ ਲੱਗੀਏ ਬਸ ਅਰੇ ਬਾਤ ਕੁਛ ਤਾਂ ਸਹੀ ਲੱਗ ਰਿਹਾ ਬਈ ਕੁਛ ਤਾਂ ਬਾਤ ਹੈ ਹਮਾਰੇ ਮੇਕਅਪ ਮੇ ਥੋੜ੍ਹੀ ਤੁਹਾਡੀ ਵੀ ਲਾਲ ਕਰ ਲਈਏ ਲੋਕਾਂ ਲੱਗੇ ਠੰਡੇ 'ਚ ਹੋਈਏ ਲਾਲ ਹੁਣ ਕੀ ਮਿਸਿੰਗ ਹੈ ਹਾਈਲਾਈਟਰ ਤਿੰਨ ਕਲਰ ਦੇ ਹਾਈਲਾਈਟਰ ਨੇ ਜਿਹਦੇ 'ਚ ਮੈਂ ਪੀਚ ਵਾਲਾ ਕਦੀ ਕਦੀ ਯੂਜ਼ ਕਰ ਲੈਂਦੀ ਹਾਂ ਪਰ ਅੱਜ ਮੈਂ ਐਕਸਪੈਰੀਮੈਂਟ ਕਰਨਾ ਚੈਲੇਂਜ ਤੇ ਚੈਲੇਂਜ ਹੈ ਇਹਨੂੰ ਥੋੜ੍ਹਾ ਜਿਹਾ ਹੋਰ ਆਪਾਂ ਕਰਨੇ ਆ ਅਤੇ ਆਪਾਂ ਲਗਾਵਾਂਗੇ ਕੋਪਰ ਕਲਰ ਦਾ ਹਾਈਲਾਈਟਰ ਮੈਂ ਕਦੀ ਉਂਗਲਾਂ ਉਂਗਲਾਂ ਵੇਖੋ ਮੇਰਾ ਫਿੰਗਰਸ ਕਾ ਵੀ ਮੇਕਅਪ ਹੋ ਗਿਆ ਹੈ ਗਾਇਸ ਠੀਕ ਹੈ ਨਾ ਅਬ ਆਪ ਅੱਗੇ ਦੇਖ ਲੀਜੀਏ ਹਮ ਲਗਾਏਂਗੇ ਹਾਈਲਾਈਟਰ ਠੀਕ ਲੀਜੀਏ ਮੇਰੇ 14 ਮੇਕਅਪ ਆਰਟਿਸਟ ਵਾਲੀ ਆਤਮਾ ਆ ਗਈ ਉਹ ਜ਼ਿਆਦਾ ਹੀ ਲੈ ਲਿਆ ਸੀ ਇਹ ਹਾਈਲਾਈਟਰ ਮੈਂ ਦੱਸਦੀ ਹਾਂ ਤੁਹਾਨੂੰ ਕਿੱਥੇ ਲਾਈਦਾ ਜਿਹੜੇ ਜਿਹੜੇ ਤੁਹਾਡੇ ਫੇਸ ਦਾ ਏਰੀਆ ਹਾਈਲਾਈਟ ਹੋ ਰਿਹਾ ਉਭਰ ਕੇ ਆ ਰਿਹਾ ਜਿਵੇਂ ਕਿ ਨੋਜ਼ ਥੋਡੀ ਅਤੇ ਇੱਥੇ ਗੱਲਾਂ ਦੇ ਉੱਪਰ ਉੱਪਰ ਥੋੜ੍ਹਾ ਜਿਹਾ ਮੱਥੇ 'ਤੇ ਇੱਥੇ ਇੱਥੇ ਲਾਈਦਾ ਹੁੰਦਾ ਅਤੇ ਸਭ ਤੋਂ ਪਹਿਲਾਂ ਆਪਾਂ ਆਪਣੇ ਨੋਜ਼ 'ਤੇ ਲਾਵਾਂਗੇ ਇਹਨੂੰ ਜ਼ਿਆਦਾ ਬਲੈਂਡ ਨਹੀਂ ਕਰੀਦਾ ਨਹੀਂ ਤਾਂ ਫਿਰ ਚਮਕ ਨਹੀਂ ਆਏਗੀ ਫਿਰ ਆਪਾਂ ਥੋਡੀ 'ਤੇ ਲਾਵਾਂਗੇ ਅਤੇ ਆਪਾਂ ਮੇਕਅਪ ਚੈਲੇਂਜ ਕਰਿਆ ਤਾਂ ਆਪਾਂ ਭਰ ਭਰ ਕੇ ਲਾਵਾਂਗੇ ਹਾਈਲਾਈਟਰ ਚਮਕ ਪੈਣੀ ਚਾਹੀਦੀ ਹੈ ਚਮਕਣਾ ਚਾਹੀਦਾ ਪੂਰਾ ਬੂਥੜਾ ਥੋੜ੍ਹਾ ਜਿਹਾ ਇੱਧਰ ਮੱਥੇ 'ਤੇ ਥੋੜ੍ਹਾ ਜਿਹਾ ਇੱਧਰ ਮੱਥੇ 'ਤੇ ਠੀਕ ਹੈ ਨਾ ਥੋੜ੍ਹੀ ਜਿਹੀ ਇੱਧਰ ਗੱਲਾਂ 'ਤੇ ਥੋੜ੍ਹਾ ਜਿਹਾ ਇੱਧਰ ਗੱਲਾਂ 'ਤੇ ਬਿਲਕੁਲ ਵੀ ਕੋਈ ਵੀ ਸ਼ਰਮਾਉਣਾ ਨਹੀਂ ਕੋਈ ਵੀ ਉਹ ਨਹੀਂ ਕਰਨਾ ਹੈਗਾ ਘੱਟ ਨਹੀਂ ਲਾਉਣਾ ਕੁਛ ਵੀ
सब कुछ हो गया हूं जेडे मैं तुम दसनी हूं मेकअप चैलेंज से मेकअप चैलेंज लिपस्टिक भी अपना बाहरू नहीं यूज कर सकते जो भी अपना करना है यही आई शेडो पैलेट चो करना है जिमें कि तुसी देख सकते हो ओ माई गोड हूं तुसी कह रहे हो गया कि कर रहे है मैं थंबनेल लै रही हूं गाइस ओ लै लें दो मैं थंबनेल चलो जी थंबनेल लै लेने मैं वाओ व्हाट अ यूट्यूबर उहरता हुआ सितारा है ये अभी 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 इसके पास एक्सपीरियंस नहीं है तो कोई बात नहीं यहाँ पर अपन नेचुरल है पर रो हाँ तो आप अपने वही चीज शो करांगे तो हूँ आप जड़ी लिपस्टिक लगानी है ना वह जड़े ब्लशर दिते हुए ने एद चो ही आप एक कलर देख के ओदी ही लिपस्टिक बना के ला लेनी है ना दिमाग तो मैं सोच रही हूँ कि मैं केड़ा कलर की लिपस्टिक लगावा तो मैनू पसंद आया ए वाला वाइन जे शेड पता नहीं कैमरे च कैसा ब्राउन जा रहा पर मैं ये वाला शेड लगावगी तो हेयर पिन नाल फिर उप्स किधर गई एक मिनट प्लीज मैं देख लो माड़ी जी हेयर पिन किधर चली गई है मिल गई आई एम बैक विद माई हेयर पिन तो आप एक मिनट बस मैं खोल हो गया ओपन हो गया तो जिदा तुसी देख सकते हो ऐसी भी मैं सील ओपन कर दी है हाँ सब मैं कुछ चीज़ा ही ये यूज की सी अज बाकी वाली यूज कर रही हूँ तो यह देखो तुसी देख सकते हो B535B505 है ये कुछ इसकी फीचर नंबरिंग दी हुई है तो आप लिता थोड़ा जा क्रीमी थोड़ा जा पाउडरी है पर साड़ा काम चला देगा लिपस्टिक वास्ते तो आप स्टार्ट करने अरे वाह मस्त कलर आया लगा लें चंगी तरह वधिया लग रहा है मैं किसी आउटफिट नाल मेकअप मैच नहीं कर रही क्योंकि आउटफिट तो मैं पाया ही नहीं होया कोटी पाई हुई है तो बस इदा ही जो मेरे मन च आ रहा रैंडमली कुछ भी मैं चुक के कर लिया है मेकअप तो गाइस ए मेरा मेकअप है नेड़े तो देख लो की बनिया मेकअप का मैं हूं मफलो उतार के ते थोड़ा जा वाल वूल खोल के फिर तुम दिखाने की कैसा लगता है मेकअप हल तक से मैं पता नहीं की लगनी होवांगी वेट करो हूं तुम दसो कि मेरा मेकअप मूकअप कैसा लग रहा है कुछ तो लग ही रहा तो तुसी दस्सो कि मैं मेकअप चैलेंज पूरा किया कि नहीं किया कि मेरा फेस ते मेकअप लग भी रहा कि नहीं मैं फर्स्ट टाइम इन्ना कुछ लीपा पोती की वैसे मैं नहीं करती है तो दस्सो कि मेरा मेकअप कैसा लग रहा है मैं चैलेंज पूरा किया कि नहीं किया तो मैं वीडियो देख के मजा आया कि नहीं आया।